ਸਾਡੇ ਘਰ ਦੇ ਵਿੱਚ ਜੋ ਸਿਚੁਏਸ਼ਨ ਹੈ ਨਾ, ਇਸ ਜ਼ਮੀਨ ਮਰ ਗਿਆ ਮੋਲ ਬਣਿਆ ਪਿਆ, ਕੋਈ ਜਿਹਦਾ ਮਰ ਗਿਆ ਹੋਵੇ, ਮੇਰੀ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ, ਇਹ ਵੀਡੀਓ ਨੂੰ ਅੱਗੇ ਵਾਇਰਲ ਨਾ ਕਰੋ, ਇਸ ਵੀਡੀਓ ਨੂੰ ਤਬਾਸ਼ਾ ਖਤਮ ਕਰ ਦਿਓ। ਇਸ ਟਾਈਮ ਮੇਰੇ ਬੱਚੇ ਦੀ ਜੋ ਹਾਲਤ ਹੈ, ਚਾਰ ਦਿਨ ਵੀ ਨਹੀਂ ਹੋਏ ਜੰਮੇ, ਮੇਰੀ ਵਾਈਫ ਦੀ ਜੋ ਹਾਲਤ ਹੈ ਅੰਦਰ ਫਿਕਸ ਨਹੀਂ ਜਾ ਰਿਹਾ, ਬੜੀ ਮੁਸ਼ਕਲ ਅਸੀਂ ਉਹਨੂੰ ਸੰਭਾਲ ਪਾ ਰਿਹਾ, ਜੋ ਉਹਦੀ ਹਾਲਤ ਹੈ। ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਵੀ ਪਰਿਵਾਰ ਵਾਲੇ ਹੋ, ਤੁਹਾਡੇ ਘਰ ਵੀ ਮਾਵਾਂ ਵੀ ਹੈ, ਭੈਣਾਂ ਵੀ ਹੈ, ਤੁਹਾਡੇ ਘਰ ਵੀ ਧੀਆਂ ਵੀ, ਇਹ ਅੱਜ ਜੋ ਮੇਰੇ ਨਾਲ ਹੋਇਆ ਕੰਮ ਕਿਸੇ ਨਾਲ ਨਹੀਂ ਹੋ ਸਕਦਾ। ਇੱਕ ਵਾਰ ਆਪਣੇ ਆਪ ਨੂੰ ਸਾਡੀ ਜਗ੍ਹਾ ਤੇ ਰੱਖ ਕੇ ਦੇਖਿਓ ਕਿ ਅਸੀਂ ਕਿੱਦਾਂ ਦੀ ਗੰਦੀ ਸਿਚੁਏਸ਼ਨ ਜੋ ਨਿਕਲ ਰਹੇ ਹਾਂ, ਜਿਹਦੇ ਵਿੱਚ ਅਸੀਂ ਨਾ ਆਪਣੇ ਘਰ ਤੋਂ ਦਰਵਾਜ਼ਾ ਖੋਲ ਕੇ ਬਾਹਰ ਜਾ ਸਕਦੇ ਹਾਂ, ਨਾ ਅਸੀਂ ਕਿਤੇ ਕੁਛ ਕਰ ਪਾ ਰਹੇ ਹਾਂ, ਕਿਸੇ ਜੋਗੇ ਨਹੀਂ ਰਹੇ, ਕਿਸੇ ਪਾਸੇ ਜੋਗੇ ਨਹੀਂ ਰਹੇ। ਮੈਂ ਆਪਣੇ ਸਮਾਜ ਅੱਗੇ ਇੱਕ ਗੱਲ ਰੱਖਣਾ ਚਾਹੁੰਦਾ, ਵੀਡੀਓ ਸੱਚੀ ਝੂਠੀ ਮੈਂ ਇਸ ਬਾਰੇ ਨਹੀਂ ਗੱਲ ਕਰਾਂਗਾ, ਪਰ ਇਸ ਟਾਈਮ ਜੋ ਸਾਡੇ ਘਰ ਦੇ ਹਾਲਾਤ ਨੇ, ਜਿਹੜੀ ਸਿਚੁਏਸ਼ਨ ਜੋ ਅਸੀਂ ਨਿਕਲ ਰਹੇ ਹਾਂ, ਅਜੇ ਸਿਰਫ 2 ਦਿਨ ਪਹਿਲੇ ਵਾਈਫ ਦਾ ਆਪਰੇਟ ਹੋਇਆ, ਔਰ ਇਸ ਸਮੇਂ ਜੋ ਉਹਦੀ ਹਾਲਤ ਹੈ, ਜਿਸ ਘਰ ਦੇ ਵਿੱਚ ਖੁਸ਼ੀਆਂ ਹੋਣੀਆਂ ਚਾਹੀਦੀਆਂ ਸੀ, ਅੱਜ ਉਸ ਘਰ ਦੇ ਵਿੱਚ ਮਰਗ ਵਾਲਾ ਮਾਹੌਲ ਬਣਿਆ ਪਿਆ, ਪਤਾ ਨਹੀਂ ਅਸੀਂ ਕੱਲ ਨੂੰ ਬਚੀਏ ਨਾ ਬਚੀਏ, ਪਰ ਅਸੀਂ ਇੰਨੇ ਜ਼ਿਆਦਾ ਪਰੇਸ਼ਾਨ ਹਾਂ ਇਸ ਗੱਲੋਂ। ਤੁਸੀਂ ਵੀ ਸੋਚੋ, ਤੁਸੀਂ ਵੀ ਅਗਰ ਆਪਣੇ ਆਪ ਨੂੰ ਸਾਡੀ ਜਗ੍ਹਾ ਰੱਖ ਕੇ ਦੇਖੋ ਕਿ ਕੋਈ ਵੀ ਇਨਸਾਨ ਨਹੀਂ ਚਾਹੇਗਾ ਕਿ ਕਿਸੇ ਦੀ ਵੀਡੀਓ ਇਸ ਤਰੀਕੇ ਕੋਈ ਵਾਇਰਲ ਹੋਵੇ। ਹਰ ਬੰਦਾ ਆਪਣੀ ਜ਼ਿੰਦਗੀ ਚ ਕੁਛ ਨਾ ਕੁਛ ਕਰਦਾ, ਪਰ ਕੁਛ ਲੋਕ ਲੁਕੇ ਰਹਿ ਜਾਂਦੇ ਆ, ਕੁਛ ਲੋਕਾਂ ਦੀ ਸਾਹਮਣੇ ਆ ਜਾਂਦੇ ਆ। ਅਸੀਂ ਇਹ ਵੀਡੀਓ ਰੁਕ ਸਕਦੀ ਸੀਗੀ ਅੱਜ ਤੋਂ, ਅਸੀਂ 15 ਦਿਨ ਪਹਿਲੇ ਜਦੋਂ ਅਸੀਂ ਗਏ ਸੀਗੇ ਪੁਲਿਸ ਥਾਣੇ, ਜਦੋਂ ਸਾਨੂੰ ਬਲੈਕਮੇਲ ਕੀਤਾ ਗਿਆ ਸੀਗਾ, ਬਲੈਕਮੇਲ ਕਰਨ ਵੇਲੇ ਅਸੀਂ ਜਦੋਂ ਥਾਣੇ ਗਏ ਸੀ ਕਿ ਸਾਨੂੰ ਇੱਦਾਂ ਦਾ ਕਰਕੇ ਸਾਡੇ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਕਿ ਅਸੀਂ ਤੁਹਾਡੀ ਵੀਡੀਓ ਵਾਇਰਲ ਕਰ ਦਾਂਗੇ, ਉਸ ਕੁੜੀ ਨੇ ਜਦੋਂ ਇਹ ਸਾਨੂੰ ਮੈਸੇਜ ਕੀਤਾ ਸੀਗਾ, ਉਹ ਕੁੜੀ ਤੇ ਇਹਨੇ ਅਰੈਸਟ ਕਰ ਲਈ ਹੈ ਕੁਛ ਟੈਕਨੀਕਲ ਚੀਜ਼ਾਂ ਕਰਕੇ, ਕਿਉਂਕਿ ਸਾਰਾ ਡਾਟਾ ਇੰਟਰਨੈਟ ਦਾ, ਇੰਸਟਾਗ੍ਰਾਮ ਦਾ, ਜਿਹੜੇ ਸਾਰੀਆਂ ਚੀਜ਼ਾਂ ਇੱਥੇ ਨਹੀਂ ਹੁੰਦੀਆਂ, ਉਹਦੇ ਕਰਕੇ ਉਸ ਕੁੜੀ ਨੇ ਸਾਨੂੰ ਪਹਿਲੀ ਧਮਕੀ ਜਦੋਂ ਵੀਡੀਓ ਭੇਜੀ ਸੀ, ਉਸ ਵੀਡੀਓ ਦੇ ਵਿੱਚ ਪਹਿਲਾ ਮੈਸੇਜ ਉਹਨੇ ਆਹੀ ਕੀਤਾ ਸੀਗਾ ਕਿ ਆਹ ਅਕਾਊਂਟ ਵਿੱਚ ਪੂਰੇ ਪੈਸੇ ਭੇਜ ਦਿਓ, ਨਹੀਂ ਤੇ ਮੈਂ ਤੁਹਾਡੀ ਵੀਡੀਓਜ਼ ਕਰਨ ਦੱਤਾ ਨੂੰ ਭੇਜ ਦਾਂਗੀ। ਸਾਡੇ ਘਰ ਦੇ ਵਿੱਚ ਜੋ ਸਿਚੁਏਸ਼ਨ ਹੈ ਨਾ, ਇਸ ਜ਼ਮੀਨ ਮਰ ਗਿਆ ਮੋਲ ਬਣਿਆ ਪਿਆ, ਕੋਈ ਜਿੱਦਾਂ ਮਰ ਗਿਆ ਹੋਵੇ, ਮੇਰੀ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਬੇਨਤੀ ਹੈ, ਇਹ ਵੀਡੀਓ ਨੂੰ ਅੱਗੇ ਵਾਇਰਲ ਨਾ ਕਰੋ, ਇਸ ਵੀਡੀਓ ਨੂੰ ਤਬਾਸ਼ਾ ਖਤਮ ਕਰ ਦਿਓ। ਇਸ ਟਾਈਮ ਮੇਰੇ ਬੱਚੇ ਦੀ ਜੋ ਹਾਲਤ ਹੈ, ਚਾਰ ਦਿਨ ਵੀ ਨਹੀਂ ਹੋਏ ਜੰਮੇ, ਮੇਰੀ ਵਾਈਫ ਦੀ ਜੋ ਹਾਲਤ ਹੈ ਅੰਦਰ ਫਿਕਸ ਨਹੀਂ ਜਾ ਰਿਹਾ, ਬੜੀ ਮੁਸ਼ਕਲ ਅਸੀਂ ਉਹਨੂੰ ਸੰਭਾਲ ਪਾ ਰਿਹਾ, ਜੋ ਉਹਦੀ ਹਾਲਤ ਹੈ। ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਵੀ ਪਰਿਵਾਰ ਵਾਲੇ ਹੋ, ਤੁਹਾਡੇ ਘਰ ਵੀ ਮਾਵਾਂ ਵੀ ਹੈ, ਭੈਣਾਂ ਵੀ ਹੈ, ਤੁਹਾਡੇ ਘਰ ਵੀ ਧੀਆਂ ਵੀ, ਇਹ ਅੱਜ ਜੋ ਮੇਰੇ ਨਾਲ ਹੋਇਆ ਕੰਮ ਕਿਸੇ ਨਾਲ ਨਹੀਂ ਹੋ ਸਕਦਾ। ਇੱਕ ਵਾਰ ਆਪਣੇ ਆਪ ਨੂੰ ਸਾਡੀ ਜਗ੍ਹਾ ਤੇ ਰੱਖ ਕੇ ਦੇਖਿਓ ਕਿ ਅਸੀਂ ਕਿੱਦਾਂ ਦੀ ਗੰਦੀ ਸਿਚੁਏਸ਼ਨ ਜੋ ਨਿਕਲ ਰਹੇ ਹਾਂ, ਜਿਹਦੇ ਵਿੱਚ ਅਸੀਂ ਨਾ ਆਪਣੇ ਘਰ ਤੋਂ ਦਰਵਾਜ਼ਾ ਖੋਲ ਕੇ ਬਾਹਰ ਜਾ ਸਕਦੇ ਹਾਂ, ਨਾ ਅਸੀਂ ਕਿਤੇ ਕੁਛ ਕਰ ਪਾ ਰਹੇ ਹਾਂ, ਕਿਸੇ ਜੋਗੇ ਨਹੀਂ ਰਹੇ, ਕਿਸੇ ਪਾਸੇ ਜੋਗੇ ਨਹੀਂ ਰਹੇ। ਮੈਂ ਆਪਣੇ ਸਮਾਜ ਅੱਗੇ ਇੱਕ ਗੱਲ ਰੱਖਣਾ ਚਾਹੁੰਦਾ, ਵੀਡੀਓ ਸੱਚੀ ਝੂਠੀ ਮੈਂ ਇਸ ਬਾਰੇ ਨਹੀਂ ਗੱਲ ਕਰਾਂਗਾ, ਪਰ ਇਸ ਟਾਈਮ ਜੋ ਸਾਡੇ ਘਰ ਦੇ ਹਾਲਾਤ ਨੇ, ਜਿਹੜੀ ਸਿਚੁਏਸ਼ਨ ਜੋ ਅਸੀਂ ਨਿਕਲ ਰਹੇ ਹਾਂ, ਅੱਜ ਸਿਰਫ 2 ਦਿਨ ਪਹਿਲੇ ਵਾਈਫ ਦਾ ਆਪਰੇਟ ਹੋਇਆ, ਔਰ ਇਸ ਸਮੇਂ ਜੋ ਉਹਦੀ ਹਾਲਤ ਹੈ,